ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ, ਮੈਂ ਪਰਮਿੰਦਰਜੀਤ ਸਿੰਘ ਅੱਜ ਜੋ ਵਿਸ਼ਾ ਲੈ ਕੇ ਆਇਆ ਹਾਂ ਅਰਦਾਸ ਬਾਰੇ। ਅਰਦਾਸ ਕਿਵੇਂ ਕਰੀਏ, ਪਰਮਾਤਮਾ ਕਿਸ ਦੀ ਅਰਦਾਸ ਸੁਣਦਾ ਹੈ। ਸੋ ਦੋਸਤੋ, ਅਰਦਾਸ ਸਾਡੇ ਹਰ ਇੱਕ ਧਾਰਮਿਕ ਸਥਾਨ ਦੇ ਵਿੱਚ, ਧਾਰਮਿਕ ਮਰਿਆਦਾ ਦੇ ਵਿੱਚ ਅਰਦਾਸ ਦਾ ਬਹੁਤ ਵੱਡਾ ਮਹੱਤਵ ਹੈ। ਸਾਡੇ ਜਿੰਨੇ ਵੀ ਧਰਮ ਨੇ ਪ੍ਰੇਅਰ, ਪ੍ਰਾਰਥਨਾ, ਅਰਦਾਸ ਦੇ ਵਿੱਚ ਭਰੋਸਾ ਕਰਦੇ ਹਨ। ਐਸਾ ਕਿਉਂ, ਅਰਦਾਸ ਵਿੱਚ ਐਸਾ ਕੀ ਖਾਸ ਹੈ ਕਿ ਹਰ ਧਰਮ ਅਰਦਾਸ ਦੇ ਵਿੱਚ, ਪ੍ਰੇਅਰ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਭਰੋਸਾ ਕਰਦੇ ਹਨ? ਅਰਦਾਸ ਇੱਕ ਐਸਾ ਜ਼ਰੀਆ ਹੈ ਜਿਸ ਦੇ ਰਾਹੀਂ ਉਸ ਪਰਮਾਤਮਾ ਨਿਰੰਕਾਰ ਬ੍ਰਹਮ ਦੇ ਕੋਲ ਆਪਣੇ ਮਾਨਸਿਕ ਸਵਾਲਾਂ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਸਕਦੇ ਜਾਂ ਉਸਦਾ ਹੱਲ ਪਾ ਸਕਦੇ ਹਾਂ। ਅਰਦਾਸ ਇੱਕੋ ਇੱਕ ਐਸਾ ਜ਼ਰੀਆ ਹੈ ਜੋ ਸਾਨੂੰ ਪਰਮਾਤਮਾ ਦੇ ਨਾਲ, ਉਸ ਨਿਰੰਕਾਰ ਬ੍ਰਹਮ ਦੇ ਨਾਲ ਜੋੜਦੀ ਹੈ। ਜਦੋਂ ਸਾਨੂੰ ਕੋਈ ਸਮੱਸਿਆ ਹੁੰਦੀ ਹੈ, ਪ੍ਰੋਬਲਮ ਹੁੰਦੀ ਹੈ, ਦੁੱਖ ਹੁੰਦਾ ਹੈ, ਤਕਲੀਫ ਹੁੰਦੀ ਹੈ, ਤਦ ਅਸੀਂ ਅਰਦਾਸ ਕਰਦੇ ਹਾਂ। ਹਰ ਇੱਕ ਧਰਮ ਦੇ ਵਿੱਚ ਉਹਨਾਂ ਦੀ ਅਲੱਗ ਅਲੱਗ ਮਰਿਆਦਾ ਹੈ। ਸਿੱਖ ਧਰਮ ਦੇ ਵਿੱਚ ਅਰਦਾਸ ਦੀ ਇੱਕ ਅਲੱਗ ਮਰਿਆਦਾ ਹੈ, ਈਸਾਈਆਂ ਦੇ ਵਿੱਚ ਅਲੱਗ ਹੈ, ਪਰ ਤਰੀਕਾ ਇੱਕੋ ਹੀ ਹੈ। ਅਰਦਾਸ ਸਾਰੇ ਧਰਮਾਂ ਦੇ ਵਿੱਚ ਹੁੰਦੀ ਹੈ, ਪ੍ਰੇਅਰ ਪ੍ਰਾਰਥਨਾ ਸਾਰੇ ਧਰਮ ਕਰਦੇ ਹਨ। ਸੋ ਅਰਦਾਸ ਇੱਕ ਤਰ੍ਹਾਂ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ ਜੋ ਅਸੀਂ ਆਪਣੇ ਮਨ ਦੇ ਭਾਵਾਂ ਨੂੰ, ਆਪਣੇ ਮਨ ਦੀਆਂ ਇੱਛਾਵਾਂ ਨੂੰ, ਆਪਣੇ ਦੁੱਖਾਂ ਨੂੰ, ਤਕਲੀਫਾਂ ਨੂੰ ਜਿਸ ਦੇ ਰਾਹੀਂ ਉਸ ਪਰਮਾਤਮਾ ਦੇ ਸਨਮੁੱਖ ਰੱਖਦੇ ਹਾਂ, ਉਸ ਪਰਮਾਤਮਾ ਦੇ ਅੱਗੇ ਰੱਖਦੇ ਹਾਂ, ਉਹ ਪਰਮਾਤਮਾ ਸਾਡਾ ਜੋ ਦੁੱਖ ਹੈ, ਤਕਲੀਫ ਹੈ, ਜ਼ਰੂਰ ਸੁਣਦਾ ਅਤੇ ਉਸਦਾ ਰਿਪਲਾਈ ਵੀ ਕਰਦਾ। ਹੁਣ ਕਈਆਂ ਨੂੰ ਇਸ ਚੀਜ਼ 'ਤੇ ਭਰੋਸਾ ਨਹੀਂ ਹੋਵੇਗਾ ਪਰਮਾਤਮਾ ਰਿਪਲਾਈ ਕਿਵੇਂ ਕਰਦਾ। ਸੋ ਦੋਸਤੋ, ਜੋ ਅਰਦਾਸ ਦਾ ਕਨਸੈਪਟ ਹੈ, ਭਰੋਸੇ ਦਾ, ਵਿਸ਼ਵਾਸ ਦਾ, ਅਰਦਾਸ ਕਰਨ ਤੋਂ ਪਹਿਲਾਂ ਸਾਡੇ ਵਿੱਚ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਰਦਾਸ ਦਾ ਕਨਸੈਪਟ ਟਿਕਿਆ ਹੀ ਭਰੋਸੇ ਦੇ ਉੱਤੇ ਹੈ। ਸੋ ਦੋਸਤੋ, ਅਰਦਾਸ ਸਾਡੇ ਮਾਨਸਿਕ ਭਾਵਾਂ ਦੇ ਵਿੱਚੋਂ ਜੋ ਫ੍ਰੀਕੁਐਂਸੀ ਕ੍ਰੀਏਟ ਹੁੰਦੀ ਹੈ, ਉਸ ਫ੍ਰੀਕੁਐਂਸੀ ਨੂੰ ਬ੍ਰਹਿਮੰਡ ਵਿੱਚ ਲਿਜਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਅਸੀਂ ਅਰਦਾਸ ਨੂੰ ਮੋਸਟਲੀ ਹੱਥ ਜੋੜ ਕੇ ਹੀ ਕਰਦੇ ਹਾਂ, ਤਕਰੀਬਨ ਸਾਰੇ ਧਰਮ ਹੱਥ ਜੋੜ ਕੇ ਅਰਦਾਸ ਕਰਦੇ ਹਾਂ, ਕਿਉਂਕਿ ਇਸ ਦੀ ਵੀ ਇੱਕ ਪ੍ਰਕਿਰਿਆ ਹੈ ਉਸ ਫ੍ਰੀਕੁਐਂਸੀ ਨੂੰ, ਉਸ ਬ੍ਰਹਿਮੰਡ ਵਿੱਚ ਲਿਜਾਣ ਦੀ, ਕਿਉਂਕਿ ਅਰਦਾਸ ਜੋ ਪੋਜ਼ਿਟਿਵ ਵਾਈਬ੍ਰੇਸ਼ਨ ਨੇ, ਜੋ ਪੋਜ਼ਿਟਿਵ ਤਰੰਗਾਂ ਨੇ, ਉਹ ਹਿਰਦੇ ਤੋਂ ਪੈਦਾ ਹੁੰਦੀਆਂ। ਜਦੋਂ ਅਸੀਂ ਹੱਥ ਜੋੜਦੇ ਹਾਂ ਤਾਂ ਸਾਡੇ ਹੱਥ ਹਿਰਦੇ ਦੇ ਨਾਲ ਲੱਗਦੇ ਹਨ, ਹਿਰਦੇ 'ਤੇ ਅਨਹੰਤਾ ਚੱਕਰ ਹੁੰਦਾ ਹੈ ਜੋ ਸਾਡੇ ਫੀਲਿੰਗਸ ਨਾਲ ਜੁੜਿਆ ਹੁੰਦਾ, ਸਾਡੀ ਭਾਵਨਾਵਾਂ ਦੇ ਨਾਲ ਜੁੜਿਆ ਹੁੰਦਾ ਹੈ। ਹਿਰਦਾ ਸਾਡੀ ਫੀਲਿੰਗਸ ਨੂੰ ਬਿਆਨ ਕਰਦਾ ਹੈ, ਸਾਡੀ ਭਾਵਨਾਵਾਂ ਨੂੰ ਬਿਆਨ ਕਰਦਾ ਹੈ, ਅਤੇ ਇਹ ਭਾਵਨਾਵਾਂ ਜਦੋਂ ਅਧਿਆਤਮਿਕ ਰੂਪ ਲੈਂਦੀਆਂ ਹਨ ਤਾਂ ਸਾਡੀ ਅਰਦਾਸ ਉਸ ਪਰਮਾਤਮਾ ਦੇ ਸਨਮੁੱਖ ਚਲੀ ਜਾਂਦੀ ਹੈ, ਪਰਮਾਤਮਾ ਦੇ ਦਰ 'ਤੇ ਸਾਡੀ ਉਹ ਅਰਦਾਸ ਪਹੁੰਚ ਜਾਂਦੀ ਹੈ ਅਤੇ ਪਰਮਾਤਮਾ ਉਸ ਨੂੰ ਸੁਣਦਾ ਵੀ ਹੈ। ਸੋ ਅਰਦਾਸ ਆਪਾਂ ਕਰਨੀ ਕਿਵੇਂ ਹੈ? ਧਰਮ ਸ਼ਾਸਤਰ ਕਹਿੰਦੇ ਹਨ, ਗ੍ਰੰਥ ਕਹਿੰਦੇ ਹਨ, ਅਧਿਆਤਮਿਕ ਗੁਰੂ ਕਹਿੰਦੇ ਹਨ, ਅਰਦਾਸ ਕਰਨ ਦੇ ਲਈ ਬਹੁਤਾ ਉੱਚੀ ਰੌਲਾ ਪਾਉਣ ਦੀ ਲੋੜ ਨਹੀਂ, ਬਹੁਤਾ ਵਿਲਕਣ ਦੀ ਲੋੜ ਨਹੀਂ, ਪਰਮਾਤਮਾ ਕਿਤੇ ਦੂਰ ਨਹੀਂ, ਬਹੁਤੇ ਢੰਡੋਲ ਢੰਡੋਰੇ ਪਿੱਟਣ ਦੀ ਲੋੜ ਨਹੀਂ, ਪਰਮਾਤਮਾ ਕਿਤੇ ਦੂਰ ਨਹੀਂ, ਪਰਮਾਤਮਾ ਤੁਹਾਡੇ ਹਿਰਦੇ ਦੇ ਵਿੱਚ ਬਿਰਾਜਮਾਨ ਹੈ, ਇੱਥੇ ਹੀ ਉਹ ਤੁਹਾਡੀ ਆਵਾਜ਼ ਨੂੰ ਸੁਣ ਲਵੇਗਾ, ਤੁਹਾਡੀ ਭਾਵਨਾਵਾਂ ਨੂੰ ਮਹਿਸੂਸ ਕਰ ਲਵੇਗਾ, ਕਿਉਂਕਿ ਅਰਦਾਸ ਜੋ ਹੈ ਇਹ ਭਾਵਨਾ ਦੇ ਨਾਲ ਜੁੜੀ ਹੋਈ ਹੈ।
ਜਦੋਂ ਤੁਹਾਡੀ ਭਾਵਨਾ ਸੱਚੀ ਹੈ, ਸੁੱਚੀ ਹੈ, ਕਿਸੇ ਭਲੇ ਲਈ ਹੈ, ਤੁਹਾਡੇ ਅੰਦਰ ਭਰੋਸਾ ਹੈ ਅਤੇ ਪਰਮਾਤਮਾ ਤੁਹਾਡੀ ਅਰਦਾਸ ਨੂੰ ਕਬੂਲ ਜ਼ਰੂਰ ਕਰੇਗਾ ਅਤੇ ਸਹੀ ਸਮਾਂ ਆਉਣ 'ਤੇ ਤੁਹਾਡੀ ਅਰਦਾਸ ਦਾ ਜਵਾਬ ਪਰਮਾਤਮਾ ਜ਼ਰੂਰ ਦੇਵੇਗਾ। ਅਰਦਾਸ ਇੱਕ ਪ੍ਰਕਿਰਿਆ ਹੈ, ਵਿਗਿਆਨਿਕ ਪ੍ਰਕਿਰਿਆ ਹੈ, ਮਨੋਵਿਗਿਆਨ ਕਹਿੰਦਾ ਹੈ। ਜਿਸ ਚੀਜ਼ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜੇਕਰ ਉਸਦੇ ਪ੍ਰਤੀ ਸਾਡੀ ਭਾਵਨਾ ਸਕਾਰਾਤਮਿਕ ਹੈ, ਸਾਡੀ ਜੋ ਫੀਲਿੰਗਸ ਜਿਹੜੀ ਹੈਗੀਆਂ ਨੇ ਉਹ ਸਕਾਰਾਤਮਿਕ ਨੇ, ਅਤੇ ਸਾਨੂੰ ਆਪਣੇ ਉਹਨਾਂ ਚੀਜ਼ ਉਹ ਪ੍ਰਾਪਤ ਹੋਣ ਵਾਲੀ ਚੀਜ਼ ਉੱਤੇ ਭਰੋਸਾ ਹੈ, ਇਸ ਬ੍ਰਹਿਮੰਡ ਦੇ ਵਿੱਚ ਜਦੋਂ ਅਸੀਂ ਕੋਈ ਫ੍ਰੀਕੁਐਂਸੀ ਨੂੰ ਕ੍ਰੀਏਟ ਕਰਦੇ ਹਾਂ, ਸਾਨੂੰ ਉਸ ਫ੍ਰੀਕੁਐਂਸੀ ਦੇ ਉੱਤੇ ਭਰੋਸਾ ਹੈ, ਆਪਣੇ ਖੁਦ ਦੇ ਹਿਰਦੇ ਅਤੇ ਖੁਦ ਦੇ ਮਨ 'ਤੇ ਭਰੋਸਾ ਹੈ, ਤਾਂ ਉਹ ਘਟਨਾ ਪੂਰਨ ਜ਼ਰੂਰ ਹੋਵੇਗੀ, ਉਹ ਜ਼ਰੂਰ ਵਾਪਰੇਗੀ। ਅਰਦਾਸ ਦਾ ਕਨਸੈਪਟ ਇਹ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਬਹੁਤ ਲੰਮਾ ਸਮਾਂ ਪਹਿਲਾਂ ਦੇ ਦਿੱਤਾ ਸੀ। ਇਹ ਖੋਜ ਬਹੁਤ ਲੰਮੀ ਹੈ, ਪੁਰਾਣੀ ਹੈ, ਮਨੋਵਿਗਿਆਨ ਤਾਂ ਅੱਜ ਕਹਿਣ ਲੱਗਿਆ। ਤੁਹਾਡੇ ਮਨ ਦੇ ਭਾਵ ਜੋ ਤੁਸੀਂ ਸੋਚਦੇ ਹੋ ਬ੍ਰਹਿਮੰਡ ਚਲੇ ਜਾਂਦੇ ਹਨ ਅਤੇ ਉਹ ਪੂਰੇ ਜ਼ਰੂਰ ਹੁੰਦੇ ਹਨ, ਪਰ ਸਾਡੇ ਧਾਰਮਿਕ ਸ਼ਾਸਤਰ, ਸਾਡੇ ਵੇਦ, ਸਾਡੇ ਗ੍ਰੰਥ, ਸਾਡੇ ਗੁਰੂ, ਸਾਡੇ ਫਕੀਰ, ਸਾਡੇ ਰਿਸ਼ੀ, ਸਾਡੇ ਭਗਵਾਨ ਇਹ ਸ਼ੁਰੂ ਤੋਂ ਕਹਿੰਦੇ ਆ ਰਹੇ, ਬੜੇ ਪੁਰਾਤਨ ਸਮੇਂ ਤੋਂ ਕਹਿੰਦੇ ਆ ਰਹੇ ਹਨ, ਜੋ ਤੁਸੀਂ ਸੋਚਦੇ ਹੋ ਉਹ ਪਰਮਾਤਮਾ ਤੁਹਾਡੀ ਫੀਲਿੰਗਸ ਨੂੰ ਮਹਿਸੂਸ ਜ਼ਰੂਰ ਕਰਦਾ, ਉਸਨੂੰ ਪੂਰਾ ਵੀ ਕਰਦਾ। ਇਸ ਵਿੱਚ ਕਿਸੇ ਚੰਗੇ ਮਾੜੇ ਇਨਸਾਨ ਦਾ ਕੋਈ ਯੋਗਦਾਨ ਨਹੀਂ। ਜੇਕਰ ਤੁਹਾਡੀ ਭਾਵਨਾ ਸੱਚੀ ਹੈ, ਤੁਹਾਡੀ ਫੀਲਿੰਗਸ ਸ਼ੁੱਧ ਨੇ, ਤੁਹਾਡੀਆਂ ਭਾਵਨਾਵਾਂ ਸ਼ੁੱਧ ਨੇ, ਇਸ ਸੰਸਾਰ ਦੇ ਲਈ ਚੰਗੇ ਲਈ ਤੁਸੀਂ ਕੁਝ ਸੋਚ ਰਹੇ ਹੋ, ਤਾਂ ਪਰਮਾਤਮਾ ਤੁਹਾਡੀ ਅਰਦਾਸ ਨੂੰ ਜ਼ਰੂਰ ਸਵੀਕਾਰ ਕਰੇਗਾ। ਸੋ ਕਿਸੇ ਵੀ ਪਰੰਪਰਾ ਵਿੱਚ ਨਾ ਵੱਜਦਿਆਂ ਹੋਇਆਂ ਆਪਣੇ ਆਪ ਨੂੰ ਪੂਰਨ ਤੌਰ 'ਤੇ ਮਾਨਸਿਕ, ਸਰੀਰਕ ਤੌਰ 'ਤੇ, ਸਮਾਜਿਕ ਤੌਰ 'ਤੇ ਮੁਕਤ ਕਰਕੇ, ਆਪਣੇ ਆਪ 'ਤੇ ਭਰੋਸਾ ਕਰਕੇ, ਉਸ ਪਰਮਾਤਮਾ ਨੂੰ ਸਨਮੁੱਖ ਜਾਣਦਿਆਂ ਹੋਇਆਂ, ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ, ਆਪਣੇ ਹਿਰਦੇ ਦੇ ਉੱਤੇ ਦੋਨੇ ਹੱਥ ਰੱਖ ਕੇ, ਇਸ ਤਰ੍ਹਾਂ ਹੱਥ ਜੋੜ ਕੇ, ਉਸ ਨਿਰੰਕਾਰ ਅਕਾਲ ਪੁਰਖ ਦੇ ਸਾਹਮਣੇ ਆਪਣੇ ਮਨ ਦੇ ਭਾਵ ਰੱਖ ਦਿਓ। ਉਸ ਦੇ ਲਈ ਤੁਹਾਨੂੰ ਉੱਚੀ ਰੌਲਾ ਪਾਉਣ ਦੀ ਜ਼ਰੂਰਤ ਨਹੀਂ, ਪਰਮਾਤਮਾ ਤੁਹਾਡੀ ਅਰਦਾਸ ਨੂੰ ਕਬੂਲ ਜ਼ਰੂਰ ਕਰੇਗਾ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਨਾਸਤਿਕਤਾ ਨਹੀਂ, ਇਹ ਕੋਈ ਝੂਠ ਨਹੀਂ, ਇਹ ਇੱਕ ਸੱਚੀ ਪ੍ਰਕਿਰਿਆ ਹੈ ਜੋ ਸੱਚ ਦੇ ਉੱਤੇ ਆਧਾਰਿਤ ਹੈ, ਬ੍ਰਹਿਮੰਡ ਦੀਆਂ ਸ਼ਕਤੀਆਂ ਦੇ ਉੱਤੇ ਆਧਾਰਿਤ ਹੈ। ਇਸ ਦੇ ਬਾਰੇ ਤੁਸੀਂ ਨੈਗੇਟਿਵ ਵਿਚਾਰ ਆਪਣੇ ਮਨ ਦੇ ਵਿੱਚ ਜੇਕਰ ਲੈ ਕੇ ਆਉਂਗੇ, ਤਾਂ ਉਸੇ ਤਰ੍ਹਾਂ ਦੀ ਅਰਦਾਸ ਤੁਹਾਡੀ ਕਬੂਲ ਹੋਵੇਗੀ। ਜੇਕਰ ਤੁਸੀਂ ਪੋਜ਼ਿਟਿਵ ਵਿਚਾਰ, ਪੋਜ਼ਿਟਿਵ ਭਾਵਨਾ ਦੇ ਨਾਲ ਤੁਸੀਂ ਅਰਦਾਸ ਕਰੋਗੇ, ਤਾਂ ਤੁਹਾਡੀ ਉਹ ਅਰਦਾਸ ਵੀ ਕਬੂਲ ਹੋਵੇਗੀ। ਅਰਦਾਸ ਸਦਾ ਹਿਰਦੇ ਤੋਂ ਹੁੰਦੀ ਹੈ, ਦਿਮਾਗ ਤੋਂ ਨਹੀਂ ਹੁੰਦੀ। ਆਪਣੀਆਂ ਭਾਵਨਾਵਾਂ ਨੂੰ ਮਜ਼ਬੂਤ ਕਰੋ, ਸ਼ੁੱਧ ਕਰੋ, ਅਤੇ ਭਰੋਸੇ ਨੂੰ ਬਰਕਰਾਰ ਰੱਖੋ, ਭਰੋਸਾ ਮਜ਼ਬੂਤ ਕਰੋ, ਤਾਂ ਪਰਮਾਤਮਾ ਤੁਹਾਡੀ ਸ਼ਿਨ ਦੇ ਵਿੱਚ ਹੀ ਅਰਦਾਸ ਨੂੰ ਕਬੂਲ ਕਰੇਗਾ, ਤੁਹਾਡੀ ਅਰਦਾਸ ਤੁਰੰਤ ਪੂਰੀ ਹੋਵੇਗੀ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ, ਨਵੀਂ ਵੀਡੀਓ ਦੇ ਵਿੱਚ, ਸਾਡੇ ਨਾਲ ਬਣੇ ਰਹੋ, ਧੰਨਵਾਦ।